ਸਤਿ ਸ਼੍ਰੀ ਅਕਾਲ ਮੈਡਮ ਜੀ, ਕੀ ਹਾਲ ਚਾਲ ਜੀ? ਸਿੰਗਰ ਦੀ ਮੇਰਾ ਨਾਮ ਦਲਵਿੰਦਰ ਦਿਆਲਪੁਰੀ ਹੈ ਜੀ। ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ, ਅੱਜ ਇਹ ਮਾਲਵੇ ਦਾ ਪਿੰਡ, ਮੋਗੇ ਜ਼ਿਲ੍ਹੇ ਦਾ ਧਰਮਕੁੱਟੀਆਂ ਦਾ ਪਿੰਡ ਹੈ, ਬਾਬਾ ਖੇਤਰਪਾਲ ਜੀ ਦਾ ਦਰਬਾਰ, ਬਹੁਤ ਖੁਸ਼ੀ ਹੋਈ ਹੈ। ਇਸ ਸ਼ਹਿਰ 'ਚ ਮੈਂ 2 ਤਰੀਕ ਨੂੰ ਫਿਰ ਆ ਰਿਹਾ ਜੀ, ਪਰ ਅੱਜ ਮੇਰਾ ਹਰੀਕੇ ਪੱਤਨ ਬਹੁਤ ਵੱਡਾ ਪ੍ਰੋਗਰਾਮ ਚੱਲਦਾ ਪਿਆ ਜੀ। ਬਹੁਤ ਬਹੁਤ ਜਿੰਨੇ ਦਰਸ਼ਕ ਸੇਵਕ ਟੀਵੀ ਦੇਖ ਰਹੇ ਨੇ 24 ਦਲਵਿੰਦਰ ਦਿਆਲਪੁਰੀ ਵੱਲੋਂ, ਕਿਉਂਕਿ ਬੇਹਮਤੇ ਨੇ ਉਹ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਜੰਮਣ ਵਾਲੇ ਤਾਂ ਜੰਮ ਪੈਂਦੇ, ਸੀਨਾ ਪਾੜ ਕੇ ਪੱਥਰਾਂ ਦਾ, ਮੰਜ਼ਲ ਦੇ ਮੱਥੇ 'ਤੇ ਤਖਤੀ ਲੱਗਦੀ ਉਹਨਾਂ ਲੋਕਾਂ ਦੇ ਜਿਹੜੇ ਘਰੋਂ ਬਣਾ ਕੇ ਨਿਕਲਦੇ ਨਕਸ਼ਾ ਆਪਣੇ ਸਫ਼ਰਾਂ ਦਾ, ਜਿਹੜੇ ਘਰੋਂ ਬਣਾ ਕੇ ਨਿਕਲਦੇ ਨਕਸ਼ਾ ਆਪਣੇ ਸਫ਼ਰਾਂ ਦਾ। ਬਹੁਤ ਵਧੀਆ, ਸਾਰੇ ਦੋਸਤ ਖੜ੍ਹੇ ਨੇ ਇਸ ਵੇਲੇ, ਬਿਲਕੁਲ ਮੇਲੇ ਦੇ ਮੇਲੀ ਬਣ ਕੇ ਜਾਂਦੇ, ਕੋਈ ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ, ਗੰਗੂ ਤੇਲੀਆਂ ਦਾ ਅਤੇ ਬੇਲੀਆਂ ਦਾ। ਰਾਂਝਾ ਭਾਈਆਂ ਨੂੰ ਛੱਡ ਕੇ ਫਕੀਰ ਬਣਿਆ ਅਤੇ ਹੀਰ ਛੱਡ ਗਈ ਪੂਰ ਸਹੇਲੀਆਂ ਦਾ, ਇੱਥੋਂ ਪੀਰ ਪਕੰਬਰ ਵਲੀ ਔਲੀਏ ਸਾਰੇ ਤੁਰ ਜਾਣੇ ਅਤੇ ਸੰਗ ਛੱਡ ਕੇ ਯਾਰਾਂ ਬੇਲੀਆਂ ਦਾ। ਇੱਕ ਦਿਨ ਮੈਂ ਵੀ ਪਰਦੇਸੀ ਨੇ ਤੁਰ ਜਾਣਾ ਅਤੇ ਕੁੰਡਾ ਮਾਰ ਕੇ ਇਹਨਾਂ ਹਵੇਲੀਆਂ ਦਾ। ਦੋਸਤੋ, ਬਹੁਤ ਬਹੁਤ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ, ਉਹਦੀ ਵੀ ਬਹੁਤ ਬਹੁਤ ਆਪ ਜੀ ਨੂੰ ਵਧਾਈ ਹੋਵੇ। ਔਰ ਨਾਲ ਸਲੂਟ ਦਿੰਦੇ ਹਾਂ ਜਿਹੜੇ ਜੰਮੂ ਕਸ਼ਮੀਰ ਦੇ 42 ਸ਼ਹੀਦ ਹੈ, ਉਹਨਾਂ ਨੂੰ ਸਲੂਟ ਦਿੰਦੇ ਹਾਂ ਉਹਨਾਂ ਦੀ ਕੁਰਬਾਨੀ ਨੂੰ, ਕਿਉਂਕਿ ਉਹਨਾਂ ਦੀ ਕੁਰਬਾਨੀ ਜਿਹੜੀ ਹੈ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਹੜੀਆਂ ਕੁਰਬਾਨੀਆਂ ਦੇਣੀਆਂ ਬਹੁਤ ਔਖੀਆਂ ਨੇ। ਸੇਵਕ ਟੀਵੀ ਦੇ ਸਾਰੇ ਸੇਵਕ ਬਣੇ ਰਹੋ, ਦੇਖਦੇ ਰਹੋ ਸੇਵਕ ਟੀਵੀ। ਬਹੁਤ ਬਹੁਤ ਸ਼ੁਕਰੀਆ ਦਵਿੰਦਰ ਦਿਆਲਪੁਰੀ ਜੀ ਦਾ।